ਮਹਾਰਾਸ਼ਟਰ ਸਿੱਖ ਐਸੋਸੀਏਸ਼ਨ, ਪੰਜਾਬੀ ਸਾਹਿਤ ਅਕੈਡਮੀ ਮਹਾਰਾਸ਼ਟਰ, ਗੁਰੂ ਨਾਨਕ ਕਾਲਜ ਮੁੰਬਈ ਅਤੇ ਗੁਰੂ ਗੋਬਿੰਦ ਸਿੰਘ ਵਿੱਦਿਅਕ ਸੰਸਥਾਵਾਂ ਵੱਲੋਂ ਭਾਸ਼ਣ ਪ੍ਰਤੀਯੋਗਤਾ, ਗੁਰਬਾਣੀ ਉਚਾਰਨ, ਸਾਖੀ ਉਚਾਰਨ ਸਮਾਗਮ ਛੋਟੇ ਬੱਚਿਆਂ ਦੇ ਵਿੱਚ ਕਰਵਾਇਆ ਗਿਆ ਤਾਂ ਜੋ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਨੂੰ ਸਮਰਪਿਤ ਇੱਕ ਸਮਾਗਮ ਸਿਜਦਾ ਉਸ ਫਲਸਫੇ ਵਿਚਾਰਧਾਰਾ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਜਾ ਸਕੇ। ਸੋ ਛੋਟੇ ਬੱਚਿਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਗੁਰਬਾਣੀ ਉਚਾਰਨ ਦੇ ਨਾਲ ਨਾਲ ਕਵਿਤਾਵਾਂ, ਸ਼ੁੱਧ ਉਚਾਰਨ ਅਤੇ ਸਾਖੀਆਂ ਸੁਣਾਈਆਂ। ਆਓ ਸੁਣਦੇ ਹਾਂ ਇਸੇ ਸੰਬੰਧੀ ਇੱਕ ਰਿਪੋਰਟ। ਮੁੰਬਈ ਵਿਖੇ ਜਦੋਂ ਸਮਾਗਮ ਹੋ ਰਿਹਾ ਤਾਂ ਸਰਦਾਰ ਪਰਮਜੀਤ ਸਿੰਘ ਸਾਡੇ ਨਾਲ ਨੇ। ਪਰਮਜੀਤ ਸਿੰਘ ਜੀ, ਬਹੁਤ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ ਮੁੰਬਈ ਵਿਖੇ ਜਿੱਥੇ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ, ਔਰ ਕਿਸ ਤਰ੍ਹਾਂ ਦਾ ਮੈਸੇਜ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਗੁਰੂ ਨਾਨਕ ਸਾਹਿਬ ਜੀ ਜਿਹੜੇ ਜਿਨ੍ਹਾਂ ਨੇ ਅਵਤਾਰ ਧਾਰਿਆ ਸੀ, ਉਹ ਇਸ ਧਰਤੀ 'ਤੇ ਆ ਕੇ ਉਹਨਾਂ ਨੇ ਪੂਰਾ ਇੱਕ ਮੈਸੇਜ ਦੇਣਾ ਸੀ, ਜੋ ਪਰਮਾਤਮਾ ਦੀ ਹੋਂਦ ਵਿੱਚ ਦੇਣਾ ਸੀ, ਅਤੇ ਉਹਨਾਂ ਨੇ ਜੋ ਮੈਸੇਜ ਦਿੱਤਾ ਹੈ ਉਹਨੂੰ ਅੱਗੇ ਵਧਾਉਣ ਵਾਸਤੇ ਸਾਡੇ ਇੱਥੇ ਅੱਜ ਮੁੰਬਈ ਵਿੱਚ ਆਪਣਾ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਅਤੇ ਗੁਰੂ ਗੋਬਿੰਦ ਸਿੰਘ ਸਟੱਡੀਜ਼ ਇਹ ਜੋ ਜਿਹੜੇ ਹੈਗੇ ਨੇ, ਇਹਨਾਂ ਨੇ ਅੱਛਾ ਉਪਰਾਲਾ ਕੀਤਾ ਹੈ। ਇਹਨਾਂ ਨੇ ਪਹਿਲੀ ਕਲਾਸ ਦੇ ਬੱਚਿਆਂ ਤੋਂ ਲੈ ਕੇ ਇਹਨਾਂ ਨੇ ਜੋ ਸ਼ਿਕਸ਼ਾ ਦੇਣੀ ਚਾਹੀਦੀ ਸੀ ਪੂਰੇ ਸੰਸਾਰ ਨੂੰ, ਸਾਡੇ ਪੰਜਾਬ ਵਿੱਚ, ਉਹ ਇਹਨਾਂ ਨੇ ਉਪਰਾਲਾ ਕੀਤਾ ਹੈ। ਇੱਕ ਸ਼ਲਾਘਾਯੋਗ ਉਪਰਾਲਾ ਹੈਗਾ ਜੀ, ਕਿਉਂਕਿ ਇਹ ਪੂਰੇ ਸੰਸਾਰ ਵਿੱਚ ਮੈਸੇਜ ਜਾਏਗਾ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇ। ਜਦੋਂ ਸਟਾਰਟਿੰਗ ਤੋਂ ਹੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਏਗਾ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਨੇ ਕੀ ਮਿਸ਼ਨ ਦਿੱਤਾ ਸੀ ਸਾਨੂੰ। ਇਹ ਮਿਸ਼ਨ ਇਹ ਪੂਰਾ ਕਰ ਰਹੇ ਨੇ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਵਾਲੇ, ਜੋ ਕਲਾਸ ਤੋਂ ਚਾਲੂ ਕੀਤਾ ਇਹਨਾਂ ਨੇ, ਦਲਜੀਤ ਸਿੰਘ ਬਲ ਨੇ ਜੋ ਇਹ ਸ਼ਲਾਘਾਯੋਗ ਸਾਰੇ ਆਪਣੇ ਮੈਂਬਰਾਂ ਨੂੰ ਨਾਲ ਲੈ ਕੇ ਜੋ ਕੀਤਾ ਹੈ, ਇਹ ਸ਼ਲਾਘਾਯੋਗ ਹੈ। ਮੁੰਬਈ ਵਿਖੇ ਗੁਰੂ ਨਾਨਕ ਪੰਜਾਬੀ ਸਭਾ ਦੇ ਸਰਦਾਰ ਗੁਰਨਾਮ ਸਿੰਘ ਹੋਠੀ ਇਹ ਸਮਾਗਮ ਬਾਰੇ ਕੀ ਕਹਿੰਦੇ ਨੇ? ਇਹ ਜਿਸ ਤਰ੍ਹਾਂ ਹੁਣ 550 ਸਾਲਾ ਗੁਰੂ ਨਾਨਕ ਦੇਵ ਦਾ ਗੁਰਪੁਰਬ ਹੈ, ਜਨਮਦਿਨ ਮਨਾ ਰਹੇ ਹਾਂ, ਸੰਗਤਾਂ 'ਚ ਬੜਾ ਉਤਸ਼ਾਹ ਹੈ, ਔਰ ਸਾਡੀ ਜੋ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਹੈ ਇਹ ਬਹੁਤ ਵੱਡੇ ਪੱਧਰ 'ਤੇ ਉਪਰਾਲਾ ਕਰ ਰਹੀ ਹੈ। ਪਹਿਲਾਂ ਇਹਨਾਂ ਨੇ ਕੋਈ 40,000 ਝਾੜ ਦਰਖਤ ਲਗਾਏ ਨੇ, ਉਹ ਵੀ ਇਸੇ ਦੇ ਮੁਹਿੰਮ ਦੇ ਨਾਲ ਹੀ। ਅੱਜ ਬੱਚਿਆਂ ਨੂੰ ਅਵੇਅਰਨੈਸ ਲਿਆਉਣ ਵਾਸਤੇ ਗੁਰੂ ਨਾਨਕ ਸਾਹਿਬ ਦੀ ਟੀਚਿੰਗ ਕੀ ਹੈ ਉਹਨਾਂ ਨੂੰ ਤਿਆਰ ਕੀਤਾ ਗਿਆ ਸਾਰੇ ਹਰ ਸੈਕਸ਼ਨ ਦੇ ਵਿੱਚ, ਅਤੇ ਉਹਨਾਂ ਨੂੰ ਲਿਆ ਕੇ ਉਹਨਾਂ ਕੰਪਟੀਸ਼ਨ ਕਰਾ ਰਹੇ ਹਾਂ ਤਾਂ ਕਿ ਬੱਚੇ ਅੱਗੇ ਨੈਕਸਟ ਜਨਰੇਸ਼ਨ ਉਹ ਸਿੱਖੇ ਸਾਰੀ ਅਤੇ ਗੁਰੂ ਨਾਨਕ ਨੇ ਕੀ ਸਿਖਾਇਆ ਸੀ ਔਰ ਕੀ ਹੋ ਰਿਹਾ ਹੈ। ਮਾਸਟਰ ਸਿੱਖ ਐਸੋਸੀਏਸ਼ਨ ਵੱਲੋਂ ਵਾਤਾਵਰਨ ਨੂੰ ਸਾਂਭ ਸੰਭਾਲ ਦੇ ਲਈ ਦਰੱਖਤਾਂ ਦਾ ਇੱਥੇ ਲਾਉਣਾ ਵੀ ਇੱਕ ਸ਼ਲਾਘਾਯੋਗ ਕਾਰਜ ਹੈ। ਇਸ ਤੋਂ ਇਲਾਵਾ ਮੈਂ ਦੇਖ ਰਿਹਾ ਹੋਠੀ ਸਾਹਿਬ, ਬਹੁਤ ਸਾਰੇ ਐਸੇ ਬੱਚੇ ਨੇ ਜਿਹੜੇ ਸਿੱਖ ਧਰਮ ਨਾਲ ਸੰਬੰਧ ਨਹੀਂ ਰੱਖਦੇ, ਲੇਕਿਨ ਉਹ ਵੀ ਗੁਰਬਾਣੀ ਦੇ ਵਿੱਚ ਪ੍ਰਪੱਕ ਨੇ, ਸਾਖੀ ਉਚਾਰਨ ਦੇ ਵਿੱਚ ਨੇ, ਇਹ ਉਪਰਾਲਾ ਕਿੱਦਾਂ ਸੰਭਵ ਹੋ ਸਕਿਆ? ਇਸ ਤਰ੍ਹਾਂ ਹੈ ਜੀ ਕਿ ਸਾਡੀ ਜੋ ਗੁਰਬਾਣੀ ਹੈ, ਜਿੰਨਾ ਚਿਰ ਪੜ੍ਹੀਏ ਨਾ ਸਾਨੂੰ ਕਿਸੇ ਨੂੰ ਪਤਾ ਨਹੀਂ ਲੱਗਦਾ। ਜਿਹੜਾ ਬੰਦਾ ਗੁਰਬਾਣੀ ਪੜ੍ਹਦਾ, ਜਦੋਂ ਇੱਕ ਵਾਰ ਦੇਖ ਲੈਂਦਾ, ਸਮਝ ਲੈਂਦਾ ਉਹਨੂੰ, ਉਹਦਾ ਆਪਣੇ ਆਪ ਇੰਟਰਸਟ ਹੋ ਜਾਂਦਾ ਵਿੱਚ ਉਹਦੇ। ਬੱਚੇ ਜਿਹੜੇ ਨਵੀਂ ਜਨਰੇਸ਼ਨ ਹੈ ਅੱਜ ਕੱਲ੍ਹ, ਉਹਨੂੰ ਪਿਕਅਪ ਬਹੁਤ ਹੈ ਉਹਨਾਂ ਦੀ, ਲੇਕਿਨ ਅਸੀਂ ਉਹਨਾਂ ਨੂੰ ਦੱਸ ਨਹੀਂ ਰਹੇ। ਜਿਹੜਾ ਉਹਨੂੰ ਪਤਾ ਲੱਗਦਾ ਹੈ ਗੁਰਬਾਣੀ ਦੇ ਵਿੱਚ ਸਾਡੇ ਗੁਰੂਆਂ ਨੇ ਸਾਨੂੰ ਕੀ ਕਹਿ ਗਏ ਨੇ ਔਰ ਕੀ ਕਰਨਾ ਚਾਹੀਦਾ ਹੈ, ਉਹ ਆਪਣੇ ਆਪ ਹੀ ਆਉਂਦੇ ਨੇ। ਹੁਣ ਮੈਂ, ਸਾਡਾ ਵੀ ਇੱਕ ਸਕੂਲ ਹੈ ਗੁਰੂ ਨਾਨਕ ਮਿਸ਼ਨ ਹਾਈ ਸਕੂਲ, ਸਾਡੇ ਨੌਨ ਸਿੱਖ ਬੱਚੇ ਬਹੁਤ ਜ਼ਿਆਦਾ ਇੰਟਰਸਟ ਲੈਂਦੇ ਨੇ ਪੰਜਾਬੀ ਵਿੱਚ, ਈਵਨ ਸ਼ਬਦ ਪੜ੍ਹਦੇ ਨੇ, ਅਰਦਾਸ ਵਿੱਚ ਆਉਂਦੇ ਆ, ਪੰਜਾਬੀ ਲੈਕਚਰ ਕਰਦੇ ਨੇ ਸਾਰੇ, ਮਤਲਬ ਬਹੁਤ ਬੱਚਿਆਂ ਨੂੰ ਜ਼ਿਆਦਾ ਇੰਟਰਸਟ ਹੈ, ਜ਼ਿਆਦਾ ਰਿਸਰਚ ਕਰਦੇ ਨੇ ਉਹ, ਕੰਪਿਊਟਰ ਜਾ ਕੇ ਗੂਗਲ ਜਾ ਕੇ ਲੱਭਣਗੇ ਕੀ ਹੋ ਰਿਹਾ ਕਿੱਦਾਂ ਹੈ। ਕੀਰਤ ਕਰੋ, ਨਾਮ ਜਪੋ, ਵੰਡ ਛਕੋ, ਆਪ ਤਿੰਨੋ ਨੇ ਉਸ ਦੋਨੋਂ ਨੇ ਇਸਕੇ ਬਾਰੇ ਮੇਂ ਬਤਾਇਆ, ਖੰਨਾ ਜੀ ਨੇ ਵਿਸ਼ੇਸ਼ ਰੂਪ ਸੇ ਬਤਾਇਆ, ਆਪ ਉਸਕੀ ਤਾਕਤ ਆਜ ਵੀ ਜੀਨੇ ਕੀ ਰਾਹ ਦਿਖਾ ਰਹੀ ਹੈ, ਔਰ ਇਸਕੇ ਲੀਏ ਅਗਰ ਪ੍ਰਾਮਾਣਿਕਤਾ ਸੇ ਜੀਨਾ, ਕੀਰਤ ਕਰੋ, ਦੂਸਰੇ ਕਾ ਸੋਚਣਾ, ਇਹ ਅਗਰ ਗੁਰੂ ਨਾਨਕ ਦੇਵ ਜੀ ਕੀ ਦੇਣ ਹੈ, ਇਹ ਸਿੱਖਿਜ਼ਮ ਹੈ, ਉੱਪਰ ਵਾਲੇ ਕਾ ਨਾਮ ਲੈਣਾ ਇਹ ਅਗਰ ਸਿੱਖਿਜ਼ਮ ਹੈ, ਔਰ ਆਪਣੇ ਸੇ ਨਿਕਾਲ ਕਰ ਜੇਬ ਸੇ ਦੂਸਰੇ ਕੋ ਜ਼ਰੂਰਤਮੰਦ ਕੋ ਦੇਣਾ, ਇਹ ਸਿੱਖਿਜ਼ਮ ਹੈ, ਤੋ ਮੈਂ ਤੋ ਚਾਹੂੰਗਾ ਪੂਰਾ ਹਿੰਦੁਸਤਾਨ ਸਿੱਖਿਜ਼ਮ ਮੇਂ ਬਦਲ ਦਿੱਤਾ।
क्योंकि अगर तीन ये चीजें और हिंदुस्तान का कोई भी भाषा धर्म का जाति का मजहब का आदमी हो ये अपने जीवन में अगर डाल देगा तो कहीं ना झगड़े होंगे ना कहीं फसाद होगा ना कहीं युद्ध होगा, शांति खुशहाली ऑटोमेटिक आ जाएगी। और इतनी बड़ी ताकत इन विचारों में गुरु नानक देव जी ने दी है। माननीय प्रधानमंत्री नरेंद्र मोदी जी ने प्रकाश दिवस के कार्यक्रम में खुद भी गए थे और उन्होंने हमको ये, क्योंकि मैं राष्ट्रीय कार्यकारिणी का सदस्य हूँ भारतीय जनता पार्टी का, तो राष्ट्रीय कार्यकारिणी की हमारी नेशनल एग्जीक्यूटिव मीटिंग में स्वयं मोदी जी ने हमको सबको कहा था कि साल भर के ये गुरु नानक देव जी के जो कार्यक्रम 550 बर्थ एनिवर्सरी के हो रहे हैं उसमें शरीक होना ये अपनी जिम्मेदारी बनती है। मुझे आज अच्छा लगा कि आपने इस कार्यक्रम में मुझे बुलाया तो मुझे भी ये मौका मिला कि मैं आप सबके साथ इस कार्यक्रम में वहां पर जी सकूं और रह सकूं। देखिए ये बात भी सोचने लायक है, भगवान के पास जाने के अलग अलग रास्ते, कोई उसका नाम जीसस रखे, अल्लाह ताला रखे, ईश्वर रखे, जो रखना है, लेकिन बहुत सहजता से इस शब्द में बहुत ताकत है। बिना कोई कर्म कांड के, कोई कर्म कांड जरूरी नहीं है फिर भी उस ईश्वर तक उस विचार तक पहुंच सकते हो, ये सोच 500 साल पहले दुनिया में किसी ने रखी तो ये हमारे गुरु नानक देव जी ने रखी। और कर्म कांड विरहित ईश्वर की प्राप्ति करने का रास्ता ये गुरु नानक देव जी ने हम सबको दिया। मुझे लगता है सबसे बड़ी देन है, अगर ये नहीं होता तो शायद हम देखते आज भी प्रथा परंपराओं में पूरे दुनिया में कहीं ना कहीं समाज अटका पड़ा है, उसको बाहर निकालने की वो विचारों की शक्ति शायद हमको मिल पाती कि नहीं, मुझे नहीं पता। मैं परसों कल 9 अगस्त थे एक कार्यक्रम में गया, बाबा जी भारत छोड़ो अभियान 9 अगस्त से शुरू हुआ, महात्मा गांधी जी ने शुरू किया, अंग्रेजों के खिलाफ की लड़ाई शुरू की। और एक युवा कार्यक्रम की संस्था में मैं गया, उन्होंने मुझे कहा कि नेशनल इंटीग्रेशन, राष्ट्रीय एकात्मता के लिए ये कार्यक्रम में आपने आना जरूरी है, 9 अगस्त का दिन है, अगस्त क्रांति मैदान में हुतात्माओं को अभिवादन करने के बाद मैं स्वयं उस कार्यक्रम में गया। मैं इसके लिए बता रहा हूं, तो मैंने उनको कहा कि नेशनल इंटीग्रेशन, राष्ट्रीय एकात्मता के लिए, एकात्मता की भावना के लिए आप क्या क्या करते हैं। तो उन्होंने जो मुझे कहा, मैं आज जब इस प्रोग्राम में आ रहा था तो सोच रहा था जो आज हमको नेशनल इंटीग्रेशन के लिए लगता है वो चीजें कितने साल पहले गुरु नानक देव जी ने सोचे थे। नेशनल इंटीग्रेशन के लिए उन्होंने कहा हम इकट्ठा सब लोग बैठकर संगीत और गाना का आनंद लेते हैं। भाई ये हमारे सिखिज्म में पहले से कहा है, हम भगवान के चरणों में बैठते हैं तो वहां जो होता है वो कीर्तन क्या है। उन्होंने कहा नेशनल इंटीग्रेशन के लिए हमने प्रोग्राम बनाया बहुत सोच कर कि हम लोग इकट्ठा खाना खाते हैं। हमने कहा ये लंगर की भावना कहां से है, ये इतने साल पहले की भावना हमारी है। तो आप सोचिए कि जो बात आज हम रिसर्च करके बता रहे हैं वो बात 500-550 साल पहले इतने स्वाभाविकता से अपने को बताइए। और इसके लिए ये विचार इस देश, इस दुनिया को अच्छाई और खुशहाली के लिए परिवर्तित करने वाला विचार है। और एज ए एजुकेशन मिनिस्टर मुझे तो और भी अच्छा ये लगा कि इसके ऊपर आपने कंपटीशन रखी, नहीं तो ये मैं अभी पूछ रहा था आपको साहब अध्यक्ष जी को, हमारे भूपिंदर जी को, कि अगली जनरेशन तक ये विचार कैसे जाएगा। ये अच्छा एक मौका लिया कि आपने इसमें कॉम्पिटिशन रखी कि उसी बहाने बच्चे इस विचारों के बारे में पढ़े, बोले, समझे, लिखे और उसमें से किस प्रेरणा लेकर अपना अगला जीवन और लोगों का जीवन व्यतीत करने की प्रेरणा मिले। और इसके लिए इस कंपटीशन का और आज के दिन का मेरे जीवन में बहुत बड़ा महत्व है।
और खुद को मैं सौभाग्यशाली मानता हूँ कि ऐसे कार्यक्रम में मैं आ सका। मुझे आप सबका अभिनंदन करना है जिन्होंने इस कार्यक्रम को आयोजित किया। मुझे वो टीचर्स, नॉन टीचिंग स्टाफ, सभी बच्चे जिन्होंने इसमें पार्टिसिपेट किया उनका भी अभिनंदन करना है, और आप सब ने उसको आयोजित किया इसके लिए आपका भी धन्यवाद करता हूँ। आप सब ने मुझे शांति से सुना इसके लिए आपका बहुत बहुत धन्यवाद। जय हिंद, जय महाराष्ट्र। गुरु नानक देव जी का जन्म 1469 ईस्वी में तलवंडी में, जो कि पाकिस्तान में है, उधर जन्मे थे। उनके पिताजी कल्याण दास जी, उनकी माता जी का नाम था माता तृप्ता जी, उनकी मिसेस थी, घरवाली थी, उनका नाम था माता सुलक्षणी जी। गृहस्थ जीवन उन्होंने हमेशा चुना है कि हर एक को गृहस्थी होना चाहिए। उनके बच्चे भी हुए, जो बड़ा बच्चा बाबा श्री चंद जी था और छोटा बच्चा बाबा लक्ष्मीदास जी थे। उनका ज्योति ज्योत समाना, अकाल चलाना करना जिसको बोलते हैं हम, वो करतारपुर में हुआ, जो अभी करतारपुर कॉरिडोर खुला है उधर उनका ज्योति ज्योत समाए थे। गुरु जी का जो उपदेश था वो एकोंकार से शुरू हुआ, परमात्मा एक है, परमात्मा बोलो आप, अल्लाह बोलो या गॉड बोलो, और ये सब एक हैं, एक ज्योत है, ये उन्होंने उपदेश दिया है हमेशा। आप किसका भी नाम लोगे पर जाएगा एक अकाल पुरख को, जो अदृष्ट है, दृष्ट नहीं है, उसको पूजना चाहिए सबको। बाकी सबके ईष्ट अलग अलग होते हैं, आप किसको भी पूछ सकते हो, पर अकाल पुरख एक है। उसके बाद में गुरुजी ने तीन उपदेश दिए हैं, जो मेन उपदेश है नाम, दान और स्नान। नाम का मतलब ये है कि हम लोग शायद सब जानते हैं, हर एक धर्म के लोग जानते हैं कि हम लोग पूजा करते हैं, पाठ करते हैं सुबह उठ के। वो नाम लेना हर एक व्यक्ति के लिए बहुत ज़रूरी है, आत्मा शुद्धि के लिए। और वो नाम आप अपनी किताबों से पढ़ सकते हो, आप ग्रंथों से पढ़ सकते हो, ग्रंथ साहब से पढ़ सकते हो, बाइबल से पढ़ सकते हो, आप इधर से बाइबल से पढ़ सकते हो, ग्रंथ साहब से पढ़ सकते हो, कुरान शरीफ से पढ़ सकते हो और गीता से पढ़ सकते हो। और अगर आपको बाई चांस टाइम नहीं मिलता है, बहुत व्यस्त हो, तो आप भगवान का, गुरु का नाम, अकाल पुरख का नाम मुंह में जप सकते हो, कि जब भी आप आते जाते कुछ भी है आप नाम जप सकते हो। ये उन्होंने नाम का वर्णन किया है कि इससे आत्मा की शुद्धि मिलती है। दूसरा है दान। दान का मतलब है वन छकना। वन छकना मतलब यह है कि हर एक आदमी दुनिया में कमाता है अपने परिवार के लिए, अपने सगों वालों के लिए, पर उसके बाद में जो जिसके पास कुछ बचता है तो उसको अपने पड़ोस में, अपने दोस्तों में वो बांटना चाहिए, ताकि मिल बांट के हम लोग सबको खुश रख सकें। क्योंकि आपका आजू बाजू माहौल अच्छा नहीं है तो आप अच्छे नहीं हो सकते हो। तो उन्होंने ये सिखाया था कि वन छको और अपनी किर्त कमाई में से जो भी आप कमाते हो, आपका जो भी धर्म है उस मुताबिक आप 5% 10% दान कीजिए, ताकि आपको वो हर चीज़ फले, ताकि जो आप खाए खाओ आपके ब्लड के अंदर शुद्ध हो। ये उन्होंने उपदेश दिया, ये नाम, दान और स्नान। जब आप नाम लेके अंदर की शुद्धि करते हो तो आपकी बाहर की शुद्धि के लिए आपको बाथ लेना या नहाना वो बहुत ज़रूरी है। ये गुरुजी ने सिखाया है कि आप अपनी बाहर से देह को भी पवित्र रखो। उन्होंने एक चीज़ ये बताई है कि जब परमात्मा एक है तो उन्होंने हर गुरुद्वारों में आप देखो चार चार गेट हैं, हिंदू मुस्लिम सिख ईसाई सब किसी भी दरवाजे से आ सकते हैं, इकट्ठे बैठ के भोजन कर सकते हैं। और गुरुद्वारा में बैठ के ये नहीं है कि गुरु की वाणी सुने, वो अपनी वाणी भी पढ़ सकते हैं, अपने आप में बैठ के वो अपनी कुरान शरीफ भी पढ़ सकता है, उसको कोई मना नहीं है।
और एक ही लंगर में वो प्रसादा छक सकते हैं, खा सकते हैं। इसके छुआ छूत उन्होंने कभी माना नहीं है। लास्ट में ऐसा है कि औरत जात जो है वो आज दुनिया में सब जानते हैं कि बहुत बहुत ही उत्तम है, और उसको गवर्नमेंट ने और हर दुनिया ने उसको नंबर दर्जा दिया गया है। हर चीज़ का इज्जत का उनको दर्जा दिया, ये गुरु जी ने 500 साल पहला दिया था। टुडे एट गुरु नानक खालसा कॉलेज वी हैव दिस सजदा इवेंट एंड इंटर इंस्टीट्यूशनल कॉम्पिटिशन विद द 4 एसोसिएशंस, एंड आई एम रियली रियली थैंकफुल टू वन एंड ऑल फॉर मेकिंग दिस इवेंट अ ग्रैंड सक्सेस। थैंक यू। टुडे वी हैड 6 इवेंट्स, पोइट्री एलोकेशन, गुरुमुखी क्विज, साखी नरेशन, शुद्ध उच्चारण एंड एनिमेशन फिल्म्स। वी हैड अराउंड 25 स्कूल्स एंड 10 कॉलेज, डिफरेंट कॉलेज पार्टिसिपेंटिंग इन द इवेंट। अराउंड 250 स्टूडेंट्स केम फ्रॉम डिफरेंट कॉलेजेस एंड स्कूल्स। अ ह्यूज नंबर टर्न्ड आउट, बीट बी हिंदू मुस्लिम सिख और क्रिश्चियन, एवरी रिलीजन स्टूडेंट टर्न्ड अप and has studied and has participated in all the events. We are so very happy that at least whatever vision we had in mind while we were conceiving this event, it has got fulfilled. I'm so very thankful to all the event in charges to make it a grand success. Thank you so much. Today the program Sajda was conducted by the 4 main sources. They helped us to conduct this event so very well. The students spoke so very well. The students were from all different castes. They were Catholics, they were Mohammedan students, Muslim students, the Hindu students, Maharashtrian students. They all spoke so well on Sri Guru Nanak Dev Ji. And you know, I felt so good. And I encourage them, even if you know they were getting stuck anywhere, but the program went on very good, and I was very happy to see the students from all the religion participating in our college. And I really liked that our college came up with this event where not only 6 students but other students from different schools, colleges were encouraged to participate in such an event. Thank you. Today we conducted Sajda event. In this event, I was conducting elocution below 15. The participation was mind-blowing. We are blown with number of participants. It was more than 30 participants in below 15. The energy, the kids have, it was wonderful. I had wonderful experience. They all spoke very well, and it was very difficult to judge all the participants, but we have to announce the first and second winners, but all did very well. And in the last, I will say the program was a successful event by all of us. Thank you. Satguru Nanak Pargatya Mitti Tund Jag Chanan Hoya Aaj Tu 550 Saal Pehla Jede Sade Guru Nanak Dev Ji Sikhan De Modi Jinnan Ne Sanu Sikhyawan Dittiyan Ohna De ਉਹਨਾਂ ਨੂੰ ਐਕਚੁਅਲੀ ਦੇ ਵਿੱਚ ਬੱਚਿਆਂ ਨੂੰ ਸਿਖਾਉਣ ਲਈ ਅਸੀਂ ਇਹ ਉਪਰਾਲਾ ਸਾਡੇ ਸਹਿਯੋਗੀਆਂ ਦੇ ਨਾਲ ਅਸੀਂ ਉਪਰਾਲਾ ਕੀਤਾ ਜਿਨ੍ਹਾਂ ਦੇ ਵਿੱਚ ਪੂਰੇ ਮੁੰਬਈ ਦੇ ਛੋਟੇ ਤੋਂ ਲੈ ਕੇ ਵੱਡੇ ਬੱਚਿਆਂ ਨੂੰ ਇਹ ਸਾਰੀ ਜਾਗਰਤੀ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਬੱਚੇ ਜਿਹੜੇ ਸਾਡੇ ਕਲਚਰ ਨੂੰ ਭੁੱਲੀ ਜਾ ਰਹੇ ਨੇ ਕੋਸ਼ਿਸ਼ ਹੈ ਕਿ ਛੋਟੇ ਤੋਂ ਲੈ ਕੇ ਵੱਡੇ ਬੱਚੇ ਤੱਕ ਸਾਰੇ ਆਪਣੇ ਕਲਚਰ ਨੂੰ ਸਮਝਣ ਗੁਰੂ ਨਾਨਕ ਦੀਆਂ ਸਿੱਖਿਆਵਾਂ ਜਿਹੜੀਆਂ ਸਾਨੂੰ 550 ਸਾਲ ਪਹਿਲਾਂ ਦਿੱਤੀਆਂ ਗਈਆਂ ਸੀ ਅੱਜ ਵੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਨ੍ਹਾਂ ਨੂੰ ਭੁੱਲੀ ਜਾ ਰਹੇ ਹਾਂ ਆਪਣਾ ਵਿਰਸਾ ਭੁੱਲੀ ਜਾ ਰਹੇ ਹਾਂ ਉਹਨਾਂ ਨੂੰ ਤਾਜ਼ਾ ਕਰਨ ਲਈ ਸਾਡੀ ਇਹ ਕੋਸ਼ਿਸ਼ ਸੀ ਸਾਡੇ ਕਾਲਜ ਵੱਲੋਂ ਖਾਲਸਾ ਗੁਰੂ ਨਾਨਕ ਖਾਲਸਾ ਕਾਲਜ ਮੁੰਬਈ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਕਿ ਪੂਰੀ ਮੁੰਬਈ ਦੇ ਛੋਟੇ ਤੋਂ ਲੈ ਕੇ ਵੱਡੇ ਬੱਚਿਆਂ ਨੇ ਜਾਗਰਤੀ ਪੈਦਾ ਕੀਤੀ ਗਈ ਥੈਂਕ ਯੂ ਆਈ ਵਾਜ਼ ਵਿਦ ਦ ਸਾਖੀ ਨਰੇਸ਼ਨ ਟੀਮ their children come below 15 and above 15 and all of you those who were also non-Sikh they were also deliberately narrate the story in a beautiful manner ki you will just love to hear them the last event that was held was the quiz gurmat quiz in this we had entries till the last minute we adjusted everyone that was a little problem that we faced but the quiz went very smoothly and everyone was happy with the quiz the questions were very simple related to Guru Nanak Dev Ji's
basic knowledge. So they enjoyed and they loved it and they wanted to come again. Thank you so much. This occasion of 550th birth anniversary of Guru Nanak Dev Ji is one of the greatest event in our lives. And the whole program which we have initiated with the celebrations, it begins with the school children's activities, spreading an awareness amongst the students and young minds who will be the future generation who will carry forward the legacy of Guru Nanak Dev Ji. This is our first endeavor. We have a number of programs coming ahead, like tree plantation, telling the students the importance of environment, spreading that awareness and sensitizing students towards protection of environment. Secondly, we are coming up with a national conference which will relate to the various themes of Guru Nanak Dev Ji, as well as the student seminar, where students again will be presenting their views on various concepts which are there in Sikhism. Guru Nanak Sahib has been the great leader of humanity. The best lesson which the students, the children and the younger generation should learn is humanism. Giving everything to the society, giving back to the society, earn well and give back to the society. That is another very important message to be given through these various such programs which we have planned and which have been successful also conducted. Thank you. Sajda inter-school te collegiate competition jehda ki 550 saal Guru Nanak Dev Ji Prakash Purav nu samarpit Maharashtra Sikh Association, Guru Nanak Khalsa College, Maharashtra State Punjabi Sahit Academy, Government of Maharashtra, Guru Nanak Vidyak Sanstha Vikroli de Sanje Uprale de Nal aj Mumbai vikhe hoya, ਜਿਸ ਵਿੱਚ 22 ਸਕੂਲ ਕਾਲਜਾਂ ਨੇ ਹਿੱਸਾ ਲਿਆ ਤੇ ਲਗਭਗ 220 ਬੱਚਿਆਂ ਨੇ ਇਹਦੇ ਵਿੱਚ ਆਪਣੀ ਪਾਰਟਿਸਪੇਸ਼ਨ ਦਿੱਤੀ ਇਹਦੇ ਵਿੱਚ ਨਾ ਹੀ ਬਲਕਿ ਪੰਜਾਬੀ ਸਿੱਖ ਬਲਕਿ ਦੂਜੇ ਭਾਈਚਾਰੇ ਦੇ ਬੱਚੇ ਮੁਸਲਮਾਨ ਹੋਰ ਸਿੰਧੀ ਸਮਾਜ ਹੋਰ ਵਰਗ ਦੇ ਬੱਚਿਆਂ ਨੇ ਵੀ ਇਹਦੇ ਹਿੱਸਾ ਲਿਆ ਸੱਤ ਤਰ੍ਹਾਂ ਦੇ ਕੰਪੀਟੀਸ਼ਨ ਰੱਖੇ ਗਏ ਸਨ ਦੋ ਕੈਟਾਗਰੀ ਬਣਾਈ ਗਈ ਸੀ ਅੰਡਰ 15 ਅਤੇ ਅਬੋਵ 15 ਪੋਇਟਰੀ ਐਲੋਕੇਸ਼ਨ ਕਿਊਸ ਬਾਣੀ ਦਾ ਸੁੱਚ ਉਚਾਰਨ ਐਨੀਮੇਟਿਡ ਫਿਲਮਸ ਅਤੇ ਉਹਨਾਂ ਨੂੰ ਜਿਹੜੀ ਜੂਰੀ ਸੀ ਜਿਹੜਾ ਵਿਜੇਤਾ ਸੀ ਉਹਨੂੰ ਸਾਡੇ ਸਿੱਖਿਆ ਮੰਤਰੀ ਅਸੀਸ਼ ਸ਼ੇਲਾਰ ਨੇ ਮੋਮੈਂਟੋ ਕੈਸ਼ ਪ੍ਰਾਈਜ਼ ਅਤੇ ਸਰਟੀਫਿਕੇਟ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਜੇ 550 ਸਾਲ ਪਹਿਲੇ ਜਿਹੜੀਆਂ ਸਿੱਖਿਆਵਾਂ ਗੁਰੂ ਮਹਾਰਾਜ ਨੇ ਦਿੱਤੀਆਂ ਸੀ ਅਸੀਂ ਸਮਝਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਸੀ ਉਹਦਾ ਥੀਮ ਤੁਸੀਂ ਦੇਖੋਗੇ ਦ ਰੈਲੀਵੈਂਸ ਆਫ ਟੀਚਿੰਗਸ ਆਫ ਗੁਰੂ ਨਾਨਕ ਦੇਵ ਜੀ ਇਨ ਮਾਡਰਨ ਟਾਈਮਸ ਜਿਹੜੀ 550 ਸਾਲ ਜਿਹੜੇ ਸਿੱਖਿਆਵਾਂ ਦਿੱਤੀਆਂ ਸੀ ਜੇ ਅੱਜ ਉਹਨੂੰ ਸਭ ਅਮਲ ਕਰ ਦਈਏ ਤਾਂ ਸ਼ਾਇਦ ਸਾਡੇ ਦੇਸ਼ ਵਿੱਚ ਕੋਈ ਨਾ ਜਾਤ ਪੇਤ ਰਵੇ ਨਾ ਕੋਈ ਊਚ ਨੀਚ ਰਵੇ ਸੈਕੂਲਰਿਜ਼ਮ ਨੈਸ਼ਨਲ ਇੰਟੀਗ੍ਰੇਸ਼ਨ ਵੁਮੈਨ ਇੰਪਾਵਰਮੈਂਟ ਸਾਰੇ ਸਮੱਸਿਆ ਉਹਨਾਂ ਦੀ ਟੀਚਿੰਗਸ ਵਿੱਚ ਜੇ ਆਪਾਂ ਅਮਲ ਕਰੀਏ ਤਾਂ ਪੂਰਾ ਹੋ ਜਾਊਗਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਮਾਨਦਾਰੀ ਨਾਲ ਆਪਣੀ ਕਿਰਤ ਕਰੋ ਮਿਹਨਤ ਨਾਲ ਆਪਣੀ ਕਮਾਈ ਕਮਾਓ ਅਤੇ ਇਹਦੇ ਨਾਲ ਜੇ ਬੰਦੇ 130 ਕਰੋੜ ਜਨਤਾ ਜੇ ਸੰਕਲਪ ਲਵੇ ਤਾਂ ਜੋ ਸਾਡਾ ਸੁਪਨਾ ਹੈ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਆਪਣੇ ਆਪ ਹੀ ਪੂਰਾ ਹੋ ਜਾਂਦਾ ਹੈ ਨਾਮ ਜਪੋ ਨਾਮ ਹੀ ਜਪਣ ਦੇ ਨਾਲ ਸਾਨੂੰ ਸ਼ਾਂਤੀ ਮਿਲਦੀ ਹੈ ਵੰਡ ਛਕੋ ਗੁਰੂ ਮਹਾਰਾਜ ਨੇ ਜਦੋਂ ਲੋੜ ਸੀ ਲੋਕਾਂ ਨੂੰ ਜਾਂ ਖਾਣੇ ਦੀ ਲੋੜ ਹੋਵੇ ਕੱਪੜੇ ਦੀ ਲੋੜ ਹੋਵੇ ਅੱਜ ਐਜੂਕੇਸ਼ਨ ਦੀ ਲੋੜ ਹੈ ਅਤੇ ਉਹਨੂੰ ਵੀ ਦੇਖਦੇ ਹੋਏ ਜੇ ਆਪਾਂ 130 ਕਰੋੜ ਇਸ ਦੇਸ਼ ਦੇ ਲੋਕ ਇਹ ਸੰਕਲਪ ਲਈਏ ਕਿ ਆਪਾਂ ਵੰਡ ਛਕਣੀ ਹੈ ਤਾਂ ਸ਼ਾਇਦ ਇਸ ਦੇਸ਼ ਵਿੱਚ ਗਰੀਬੀ ਨਾ ਰਹੇ ਕੋਈ ਵੀ ਪਾਵਰਟੀ ਬਿਲੋ ਪਾਵਰਟੀ ਲਾਈਨ ਕੋਈ ਵੀ ਵਿਅਕਤੀ ਨਹੀਂ ਹੋਏਗਾ ਅਤੇ ਅੱਜ ਜਿੱਥੇ ਕਿ ਆਪਾਂ ਜਾਣਦੇ ਹਾਂ ਕਿ ਸਿੱਖਿਸਮ ਬਾਰੇ ਹਾਰਵਰਡ ਯੂਨੀਵਰਸਿਟੀ ਨੇ ਇੱਕ ਔਨਲਾਈਨ ਕੋਰਸ ਸ਼ੁਰੂ ਕੀਤਾ ਹੋਇਆ ਹੈ ਜਿਹਦੀ ਕਿ ਡੂਰੇਸ਼ਨ 1 ਮਹੀਨੇ ਦੀ ਹੈ ਸਰਟੀਫਾਈਡ ਕੋਰਸ ਹੈ ਕੋਈ ਵੀ ਵਿਅਕਤੀ ਕੋਈ ਵੀ ਜਾਤ ਪਾਤ ਦਾ ਉਹਦੇ ਵਿੱਚ ਔਨਲਾਈਨ ਜਾ ਕੇ ਅਪਲਾਈ ਕਰਕੇ ਉਹ ਕੋਰਸ ਜੁਆਇਨ ਕਰ ਸਕਦਾ ਹੈ ਅਤੇ ਅਸੀਂ ਅੱਜ ਅਨਾਊਂਸਮੈਂਟ ਕੀਤੀ ਹੈ ਕਿ ਕੋਈ ਵੀ ਬੱਚਾ ਇਰਰਿਸਪੈਕਟਿਵ ਆਫ ਕਾਸਟ ਕ੍ਰੀਡ ਜੋ ਕੋਰਸ ਪੂਰਾ ਕਰਕੇ ਸਰਟੀਫਿਕੇਟ ਸਾਡੇ ਕੋਲ ਲੈ ਕੇ ਆਏਗਾ ਅਤੇ ਜਿੰਨੀ ਵੀ ਉਹਦੀ ਉਹ ਕੋਰਸ ਕਰਨ ਦੀ ਜਿਹੜੀ ਫੀਸ ਹੋਏਗੀ ਲਗਭਗ $50 ਕੋਰਸ ਦੀ ਫੀਸ ਹੈ ਉਹ ਪਹਿਲੇ 30 ਬੱਚਿਆਂ ਨੂੰ ਅਸੀਂ ਰੀਇੰਬਰਸ ਕਰ ਦਿੱਤੀ ਜਾਏਗੀ
ਸਿੱਖਿਆ ਮੰਤਰੀ ਨੂੰ ਵੀ ਅਸੀਂ ਇਹੀ ਕਿਹਾ ਕਿ ਇਸ ਤਰ੍ਹਾਂ ਦੇ ਕੋਰਸ ਗੁਰੂ ਨਾਨਕ ਦੇਵ ਜੀ ਸਿੱਖਿਆਵਾਂ ਬਾਰੇ ਮਹਾਰਾਸ਼ਟਰ ਸਰਕਾਰ ਨੇ ਔਨਲਾਈਨ ਕੋਰਸ ਸ਼ੁਰੂ ਕਰਨੇ ਚਾਹੀਦੇ ਹਨ। ਕੇਂਦਰ ਸਰਕਾਰ ਨੂੰ ਤੁਸੀਂ ਅਪੀਲ ਕਰੋ ਕਿ ਇਸ ਤਰ੍ਹਾਂ ਦੇ ਔਨਲਾਈਨ ਕੋਰਸ ਸ਼ੁਰੂ ਕਰੇ ਅਤੇ ਅਸੀਂ ਰਾਜ ਦੇ ਸਰਕਾਰਾਂ ਨੂੰ ਹੋਰ ਜਿਹੜੇ ਐਜੂਕੇਸ਼ਨ ਅਦਾਰੇ ਹਨ ਉਹਨਾਂ ਨੂੰ ਵੀ ਲਿਖਾਂਗੇ ਕਿ ਤੁਸੀਂ ਇਸ ਤਰ੍ਹਾਂ ਦੇ ਕੰਪੀਟੀਸ਼ਨ ਇੰਟਰ ਸਕੂਲ ਕੋਲਜੇਟ ਜੇ ਅਸੀਂ ਵਾਕਿਆ ਹੀ ਜੇ ਸ਼ਤਾਬਦੀ ਮਨਾਉਣੀ ਹੈ ਤਾਂ ਉਹਨਾਂ ਦੀ ਜੋ ਸਿੱਖਿਆਵਾਂ ਹੈਗੀਆਂ ਹਨ ਉਹ ਆਪਣਾ ਬੱਚਿਆਂ ਤੱਕ ਪਹੁੰਚਾਉਣੀਆਂ ਹਨ। ਯੰਗ ਇੰਡੀਆ ਹੈ, 35 ਤੋਂ 40 ਉਮਰ 70% ਤੋਂ ਉੱਪਰ ਲੋਕ ਹੈਗੇ ਹਨ, ਉਹਨਾਂ ਵਿੱਚ ਪਹੁੰਚਾਉਣੀਆਂ ਹਨ ਕਿ ਦੇਸ਼ ਦਾ ਭਵਿੱਖ ਉਜਵਲ ਰਹੇ। ਅਤੇ ਨਾਲ ਹੀ ਅਸੀਂ ਇੱਕ ਹੋਰ ਜਿਹੜੇ ਪ੍ਰੋਗਰਾਮ ਅਸੀਂ ਉਲੀਖੇ ਹੈਗੇ ਜਿਹੜੇ ਅਸੀਂ ਆਲਰੇਡੀ ਕਰ ਚੁੱਕੇ ਹਾਂ 2019 'ਚ ਗੁਰੂ ਸ਼ਬਦ ਯਾਤਰਾ ਇਤਿਹਾਸਿਕ ਜਗ੍ਹਾ ਬਿਦਰ ਤੋਂ ਨਵੀਂ ਮੁੰਬਈ ਆਈ ਸੀ, ਉਸ ਤੋਂ ਬਾਅਦ ਵਿੱਚ ਇੰਟਰਨੈਸ਼ਨਲ ਖੇਡ ਕਬੱਡੀ ਕੱਪ ਖਡੂਰ ਸਾਹਿਬ ਦੀ ਧਰਤੀ 'ਤੇ ਕਰਵਾਇਆ ਗਿਆ ਸੀ ਫੈਬਰਵਰੀ ਵਿੱਚ। ਇੱਕ ਵੱਡਾ ਉਪਰਾਲਾ ਜਿਹੜੀ ਕਿ ਬਹੁਤ ਵੱਡੀ ਲੋੜ ਹੈ, ਗੱਲਾਂ ਅਸੀਂ ਸਾਰੇ ਕਰਦੇ ਹਾਂ ਇਨਵਾਇਰਮੈਂਟ ਗਲੋਬਲ ਵਾਰਮਿੰਗ, ਲੇਕਿਨ ਅਸੀਂ ਇੱਕ ਹਾਈਵੇ ਹੈ ਜਿਹਦੇ ਵਿੱਚ ਕਿ ਦੱਖਣ ਤੋਂ ਜਿਹੜੀ ਕਿ ਲੋਕ ਮੁੰਬਈ ਪ੍ਰਵੇਸ਼ ਕਰਦੇ ਹਨ ਅਤੇ ਮੁੰਬਈ ਤੋਂ ਵਾਸ਼ੀ ਨਵੀਂ ਮੁੰਬਈ ਤੋਂ ਹੁੰਦੇ ਪਨਵੇਲ ਹੁੰਦੇ ਹੋਏ ਪੂਨਾ ਕੋਲਹਾਪੁਰ ਸ਼ੋਲਾਪੁਰ ਸਾਂਗਲੀ ਅੱਗੇ ਹੈਦਰਾਬਾਦ ਕਰਨਾਟਕਾ ਕੇਰਲਾ ਤਮਿਲਨਾਡੂ ਵੱਲ ਜਿਹੜੀ ਸੜਕ ਜਾਂਦੀ ਹੈ ਉਹ ਹਾਈਵੇ 'ਤੇ ਸੰਤ ਬਾਬਾ ਸੇਵਾ ਸਿੰਘ ਜੀ ਦੇ ਆਸ਼ੀਰਵਾਦ ਦੇ ਨਾਲ ਮਾਰਗਦਰਸ਼ਨ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ 21,000 ਪੌਦੇ ਸੜਕ ਦੇ ਦੋਵੇਂ ਪਾਸੇ ਅਤੇ ਸੜਕ ਦੇ ਵਿੱਚ ਅਸੀਂ ਲਾ ਚੁੱਕੇ ਹਾਂ। ਅਤੇ ਸਿਰਫ ਸੜਕ ਲਾ ਪੌਦੇ ਲਾਉਣੇ ਨਹੀਂ, ਜਿੱਦਾਂ ਬੱਚੇ ਨੂੰ ਪਾਲੀਦਾ ਹੈ 2 ਸਾਲ ਲਈ ਸਾਡੇ ਕੋਲ ਪੂਰੀ ਡੈਡੀਕੇਟਡ ਟੀਮ ਹੈ, ਇਨਫਰਾਸਟ੍ਰਕਚਰ ਹੈ, ਉਹਨੂੰ 2 ਬਰਸ ਪਾਲਾਂਗੇ ਕਿ ਇੱਕ ਅਨੋਖਾ ਨਜ਼ਾਰਾ ਜਦੋਂ ਕੋਈ ਲੋਕ ਆਉਣਗੇ ਬਾਹਰੋਂ ਤਾਂ ਦੇਖਣਗੇ ਕਿ 550 ਸਾਲਾਂ ਨੂੰ ਸਮਰਪਿਤ ਕੋਈ ਸਮਾਜ ਨੇ ਇੱਕ ਉਪਰਾਲਾ ਕੀਤਾ ਹੈ। ਅਸੀਂ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਗਲੋਬਲ ਵਾਰਮਿੰਗ ਦੇ ਬੜੇ ਖਤਰੇ ਹੈਗੇ ਹਨ, ਉਹਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਵੀ ਦਰਖਤ ਲਾਓ ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਮਹਾਰਾਸ਼ਟਰ ਗੌਰਮੈਂਟ ਵੀ ਕਈ ਕਰੋੜਾਂ 'ਚ ਦਰਖਤ ਲਾ ਰਹੀ ਹੈ ਅਤੇ ਅਸੀਂ ਉਹਨਾਂ ਦਾ ਵੀ ਸਹਿਯੋਗ ਕਰਾਂਗੇ। ਅਤੇ ਅੱਗੇ ਆਉਣ ਵਾਲੇ ਜਿਹੜੇ ਸਾਡੇ ਪ੍ਰੋਗਰਾਮ ਹੈਗੇ ਹਨ ਮੈਰਾਥੋਨ ਵਾਕੋਥੋਨ ਸਰਵ ਧਰਮ ਸੰਮੇਲਨ ਇਹ ਸਾਡੇ ਉਲੀਖੇ ਗਏ ਹਨ। ਸਜਦਾ ਇੰਟਰ ਸਕੂਲ ਅਤੇ ਕੋਲਜੇਟ ਕੰਪੀਟੀਸ਼ਨ ਜਿਹੜਾ ਕਿ 550 ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਗੁਰੂ ਨਾਨਕ ਖਾਲਸਾ ਕੋਲਜ ਮਹਾਰਾਸ਼ਟਰ ਸਟੇਟ ਪੰਜਾਬੀ ਸਿਹਤ ਅਕੈਡਮੀ ਗੌਰਮੈਂਟ ਆਫ ਮਹਾਰਾਸ਼ਟਰ ਗੁਰੂ ਨਾਨਕ ਵਿੱਦਿਅਕ ਸੰਸਥਾ ਵਿਕਰੋਲੀ ਦੇ ਸਾਂਝੇ ਉਪਰਾਲੇ ਦੇ ਨਾਲ ਅੱਜ ਮੁੰਬਈ ਵਿਖੇ ਹੋਇਆ ਜਿਸ ਵਿੱਚ 22 ਸਕੂਲ ਕੋਲਜਾਂ ਨੇ ਹਿੱਸਾ ਲਿਆ ਅਤੇ ਲਗਭਗ 220 ਬੱਚਿਆਂ ਨੇ ਇਹਦੇ ਵਿੱਚ ਆਪਣੀ ਪਾਰਟੀਸਪੇਸ਼ਨ ਦਿੱਤੀ। ਇਹਦੇ ਵਿੱਚ ਨਾ ਹੀ ਬਲਕਿ ਪੰਜਾਬੀ ਸਿੱਖ ਬਲਕਿ ਦੂਜੇ ਭਾਈਚਾਰੇ ਦੇ ਬੱਚੇ, ਮੁਸਲਮਾਨ, ਹੋਰ ਸਿੰਧੀ ਸਮਾਜ, ਹੋਰ ਵਰਗ ਦੇ ਬੱਚਿਆਂ ਨੇ ਵੀ ਇਹਦੇ ਹਿੱਸਾ ਲਿਆ। 7 ਤਰ੍ਹਾਂ ਦੇ ਕੰਪੀਟੀਸ਼ਨ ਰੱਖੇ ਗਏ ਸਨ, 2 ਕੈਟੇਗਰੀ ਬਣਾਈ ਗਈ ਸੀ ਅੰਡਰ 15 ਅਤੇ ਅਬੋਵ 15, ਪੋਇਟਰੀ ਐਲੋਕੇਸ਼ਨ ਕਿਊਸ ਬਾਣੀ ਦਾ ਸੁੱਚ ਉਚਾਰਨ ਐਨੀਮੇਟਿਡ ਫਿਲਮਸ ਅਤੇ ਉਹਨਾਂ ਨੂੰ ਜਿਹੜੀ ਜੂਰੀ ਸੀ ਜਿਹੜਾ ਵਿਜੇਤਾ ਸੀ ਉਹਨੂੰ ਸਾਡੇ ਸਿੱਖਿਆ ਮੰਤਰੀ ਅਸੀਸ਼ ਸ਼ੇਲਾਰ ਨੇ ਮੋਮੈਂਟੋ ਕੈਸ਼ ਪ੍ਰਾਈਜ਼ ਅਤੇ ਸਰਟੀਫਿਕੇਟ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਅੱਜ ਜੇ 550 ਸਾਲ ਪਹਿਲੇ ਜਿਹੜੀਆਂ ਸਿੱਖਿਆਵਾਂ ਗੁਰੂ ਮਹਾਰਾਜ ਨੇ ਦਿੱਤੀਆਂ ਸੀ, ਅਸੀਂ ਸਮਝਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਸੀ ਉਹਦਾ ਥੀਮ ਤੁਸੀਂ ਦੇਖੋਗੇ ਦ ਰੈਲੀਵੈਂਸ ਆਫ ਟੀਚਿੰਗਸ ਆਫ ਗੁਰੂ ਨਾਨਕ ਦੇਵ ਜੀ ਇਨ ਮਾਡਰਨ ਟਾਈਮਸ। ਜਿਹੜੀ 550 ਸਾਲ ਜਿਹੜੇ ਸਿੱਖਿਆਵਾਂ ਦਿੱਤੀਆਂ ਸੀ ਜੇ ਅੱਜ ਉਹਨੂੰ ਸਭ ਅਮਲ ਕਰ ਦਈਏ ਤਾਂ ਸ਼ਾਇਦ ਸਾਡੇ ਦੇਸ਼ ਵਿੱਚ ਕੋਈ ਨਾ ਜਾਤ ਪੇਤ ਰਹੇ, ਨਾ ਕੋਈ ਊਚ ਨੀਚ ਰਹੇ, ਸੈਕੂਲਰਿਜ਼ਮ, ਨੈਸ਼ਨਲ ਇੰਟੀਗ੍ਰੇਸ਼ਨ, ਵੁਮੈਨ ਇੰਪਾਵਰਮੈਂਟ ਸਾਰੇ ਸਮੱਸਿਆ ਉਹਨਾਂ ਦੀ ਟੀਚਿੰਗਸ ਵਿੱਚ ਜੇ ਆਪਾਂ ਅਮਲ ਕਰੀਏ ਤਾਂ ਪੂਰਾ ਹੋ ਜਾਊਗਾ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਮਾਨਦਾਰੀ ਨਾਲ ਆਪਣੀ ਕਿਰਤ ਕਰੋ, ਮਿਹਨਤ ਨਾਲ ਆਪਣੀ ਕਮਾਈ ਕਮਾਓ ਅਤੇ ਇਹਦੇ ਨਾਲ ਜੇ ਬੰਦੇ 130 ਕਰੋੜ ਜਨਤਾ ਜੇ ਸੰਕਲਪ ਲਵੇ ਅਤੇ ਜੋ ਸਾਡਾ ਸੁਪਨਾ ਹੈ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਆਪਣੇ ਆਪ ਹੀ ਪੂਰਾ ਹੋ ਜਾਂਦਾ ਹੈ। ਨਾਮ ਜਪੋ, ਨਾਮ ਹੀ ਜਪਣ ਦੇ ਨਾਲ ਸਾਨੂੰ ਸ਼ਾਂਤੀ ਮਿਲਦੀ ਹੈ। ਵੰਡ ਛਕੋ, ਗੁਰੂ ਮਹਾਰਾਜ ਨੇ ਜਦੋਂ ਲੋੜ ਸੀ ਲੋਕਾਂ ਨੂੰ ਜਾਂ ਖਾਣੇ ਦੀ ਲੋੜ ਹੋਵੇ, ਕੱਪੜੇ ਦੀ ਲੋੜ ਹੋਵੇ, ਅੱਜ ਐਜੂਕੇਸ਼ਨ ਦੀ ਲੋੜ ਹੈ ਅਤੇ ਉਹਨੂੰ ਵੀ ਦੇਖਦੇ ਹੋਏ ਜੇ ਆਪਾਂ 130 ਕਰੋੜ ਇਸ ਦੇਸ਼ ਦੇ ਲੋਕ ਇਹ ਸੰਕਲਪ ਲਈਏ ਕਿ ਆਪਾਂ ਵੰਡ ਛਕਣੀ ਹੈ ਤਾਂ ਸ਼ਾਇਦ ਇਸ ਦੇਸ਼ ਵਿੱਚ ਗਰੀਬੀ ਨਾ ਰਹੇ, ਕੋਈ ਵੀ
पावर्टी बिलो पावर्टी लाइन कोई भी व्यक्ति नहीं होएगा। जिन्हें दुनिया में 28,000 किलोमीटर की यात्रा की थी उनको उदासियाँ कहा जाता है, चार उदासियाँ उन्होंने की थी। उस समय जब साधन नहीं होते थे ट्रांसपोर्ट के, बहुत मुश्किलें होती थी, ये सब उन्होंने क्यों किया? उन्होंने इसलिए किया कि ताकि जो ज्ञान है वो पूरी दुनिया को में बांटा जा सके। और दो तीन चीज़ें जो मैं कहना चाहूँगा जो आज के संदर्भ में भी रेलेवेंट हैं, आने वाले युगों युगों तक वो रेलेवेंट रहेंगी, जो गुरु महाराज ने उस वक्त शिक्षा दी थी। एक तो जिस वक्त उदासियों पे गए तो पहली डेमोक्रेटिक ट्रेडिशन जो दुनिया में उस वक्त हुई, उससे पहले क्या मोनार्कीज होती थी, राजा होते थे, राजा लोग क्या करते थे, उन्होंने वो कहते थे भाई जो हमने क्या दिया वही सत्य वचन है। इन्होंने जाकर लोगों के साथ में वाद विवाद करके डिबेट करके सत्य की जो अवधारणा है उसको एस्टेब्लिश करवाया। ये पहली डेमोक्रेटिक इंस्टीट्यूशन उन्होंने शुरू करी। उसके बाद में आज के समय में हम देखते हैं कि पर्यावरण कितनी बड़ी समस्या है, दुनिया जूझ रही है, और महाराज का जो महावाक्य है पवन गुरु पानी पिता माता तरतम हाथ दिवस रात दोई दाई दाया खेले सकल जगत। अब इसमें उन्होंने एक बहुत बढ़िया पर्यावरण के लिए मैसेज दिया है। अच्छा, दुनिया और बाकी जो समस्याएं से ढूंढ रही है वो यदि गुरु नानक देव जी की शिक्षा के ऊपर ध्यान देगी तो हर बात का समाधान उसमें मिलेगा। और वही कार्यक्रम आज उनका जो 550वां जो जन्म जो हमें जिसको हम प्रकाश पर्व कहते हैं वो मनाया जा रहा है, सारे विश्व में मनाया जा रहा है, और उसके उपलक्ष्य में उनका ज्ञान का भंडार पूरे दुनिया में जाए तो वो बच्चों के माध्यम से जाए, बच्चों के अंदर जाए, इससे बढ़िया और क्या बात हो सकती थी। जो नवी जनरेशन है उसमें वो बात जानी चाहिए। अब यह कार्यक्रम हमने किया, इसमें कई स्कूलों के बच्चों ने भाग लिया है, और मुझे इतनी बड़ी प्रसन्नता, क्योंकि सुबह जब अलग अलग क्लासरूम में यहाँ पर यह कार्यक्रम चल रहे थे, मैं एक एक क्लासरूम में गया, वहाँ जाकर के मैंने देखा एलोक्यूशन हो कि ऐसे कंपटीशन हो कि कविता हो कि गुरबाणी का शुद्ध उच्चारण हो कि उसके बाद में एनिमेशन का हो, बच्चों ने इतनी लगन के साथ में किया। जब बच्चा कोई काम जब लगन से करता है तो बात उसके अंदर उसके दिल में बसती है। तो हमने आज एक ऐसा विश्व में नागरिक ये बच्चे जो हैं ऐसे पैदा हुए हैं कि जो गुरु नानक देव जी की शिक्षा के ऊपर चल कर के दुनिया को मार्गदर्शन करने की जो योग्यता रखते हैं। और हम चाहते हैं कि इस प्रकार के कार्यक्रम और आगे ज़्यादा से ज़्यादा करें। और दूसरा, जिन हमारे यहाँ पर टीचर्स ने यह कार्यक्रम उनको तैयार करवाया, मैं तो उनका इतना धन्यवादी हूँ, इतना अच्छा कार्यक्रम किया उन्होंने ताकि बच्चे। और दूसरी चीज़ है, सिर्फ सिख संप्रदाय के बच्चे इसमें नहीं थे, हमने देखा आज स्टेज के ऊपर भी कि नॉन सिख बच्चे भी आए हैं। तो जो शिक्षा केवल एक रिलीजन के अंदर ना रह जाए, पूरी मानवता के लिए जाए, इससे बड़ा प्रयास और क्या हो सकता है। मैं इसके लिए कार्यक्रम के आयोजकों का और कार्यक्रम में सम्मिलित होने वाले बच्चों का बहुत ही ज़्यादा धन्यवाद दी हूँ। थैंक यू। मेरा नाम सुरनजीत सिंह है। तो असाने खालसा कॉलेज सजदा प्रोग्राम कंडक्ट किया है। तो सजदा असाने गुरबाणी शुद्ध उच्चारण दे उत्ते जोर पाया। गुरबाणी लिखी है, बाज गुरु गुबा है बिन शब्द बूझ ना पाए। ये गुरु नानक जी का शब्द उच्चारण किया है। तो असाने इसते ये दिखाया है कि गुरबाणी शुद्ध उच्चारण कितना जरूरी है। तो बच्चों ने 15 साल तो तले बच्चे तो 15 साल तो उत्ते बच्चे मीनस अंडर 15 और अबव 15 सब ने पार्टिसिपेट किया है। तो बहुत चंगी तरह से गुरबाणी का उच्चारण किया है। असाने गुरबाणी शुद्ध उच्चारण पर जोर किया है। गुरबाणी पढ़नी है तो शुद्ध उच्चारण किस तरह करनी है, ये बच्चे ने बहुत चंगी तरह से बोलिया है। तो घट तो घट 30-35 बच्चे सन साढ़ी टीम, तो सब ने बहुत चंगा बोलिया। असी बहुत खुश हाँ प्रोग्राम करके, तो सब की सहमति साड़िया टीम सन जो सब ने बहुत चंगा किया है, असी प्रोग्राम करके बड़े खुश हैं। महाराष्ट्र सिख एसोसीएशन गुरु नानक कॉलेज मुंबई की पंजाबी साहित्य अकैडमी और गुरु गोबिंद सिंह सिख्या संस्थावां बकरौली वालों सिजदा नाम का यह समागम पहले पातशाह श्री गुरु नानक देव जी की जन्म शताब्दी समर्पित सी, जिस विच एक गल सामने आई है कि हार्वर्ड यूनिवर्सिटी दुनिया की मन्नी परमन्नी यूनिवर्सिटी ने सिखिज़म के उत्ते एक ऑनलाइन कोर्स शुरू किया है। जेकर वो बच्चे कोई कोर्स करनगे तो ये संस्थावां मुंबई विखे उन्हां संस्थावां नूं उन्हां बच्चियां नूं सन्मानित करनगियां ते उन्हां दी फीस भी देणगियां। सो गुरु नानक साहिब की विचारधारा नूं हुण हार्वर्ड यूनिवर्सिटी के कोर्स विच भी शामिल किया गया है। ये विलखण कारज शलाघायोग है। सो मैनू जसविंदर बिट्टा नूं दिओ इजाजत। देखते रहो थोड़ा अपना थोड़े लिए प्राइम एशिया टीवी।